ਕਰਤਾਰ ਸਿੰਘ ਦੁੱਗਲ ਦੀ ਕਹਾਣੀ ਕੜਾ ਤੇ ਕਰਾਮਾਤ ਦਾ ਬਾਕੀ ਦਾ ਹਿੱਸਾ ਅਸੀਂ ਲੋਕ ਤਾਹਿਰਾਬਾਜ਼ੀ ਦੇ ਮੂੰਹ ਹਲ ਵੇਖਦੇ ਰਹ ਜਾਂਦੇ ਪਾਕਿਸਤਾਨ ਬਣਨ ਤੋਂ ਕੁਝ ਦਿਨ ਪਹਿਲੇ ਤਾਹਿਰਾਬਾਜ਼ੀ ਦਿੱਲੀ ਆਈ ਲਖਨਊ ਗਈ ਡੇਰਾਦੂਨ ਮਸੂਰੀ ਨੈਨੀਤਾਲ ਇੱਕ ਇੱਕ ਸ਼ਹਿਰ ਦਾ ਦੌਰਾ ਕਰਦੀ ਆਪਣੇ ਪੁਰਾਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਮਿਲਦੀ ਰਹੀ ਤਾਹਿਰਾਬਾਜ਼ੀ ਪਿੱਛੋਂ ਅਲੀਗੜ੍ਹ ਦੀ ਰਹਿਣ ਵਾਲੀ ਸੀ ਕਿੰਨੇ ਦਿਨ ਆਪਣੇ ਮਾਪਿਆਂ ਦੇ ਟਿਕੀ ਰਹੀ ਤੇ ਫਿਰ ਅਚਾਨਕ ਫਿਰਕੂ ਫਸਾਦ ਸ਼ੁਰੂ ਹੋ ਗਏ ਉਧਰ ਪਾਕਿਸਤਾਨ ਵਿੱਚ ਇਧਰ ਹਿੰਦੁਸਤਾਨ ਵਿੱਚ ਤਾਹਿਰਾਬਾਜ਼ੀ ਹਿੰਦੁਸਤਾਨ 'ਚ ਫਸ ਗਈ ਸੀ ਕਿੰਨੇ ਦਿਨ ਕਲਪਦੀ ਰਹੀ ਉਹਦੇ ਪਾਕਿਸਤਾਨ ਅਪਣਨ ਦੀ ਕੋਈ ਸਬੀਲ ਨਾ ਬਣ ਸਕੀ ਇੰਨਾ ਖਤਰਾ ਸੀ ਕੋਈ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਸੀ ਰੇਲਾਂ 'ਤੇ ਹਮਲੇ ਹੋ ਰਹੇ ਸਨ ਕਾਫਲੇ ਲੁੱਟੇ ਜਾ ਰਹੇ ਸਨ ਬਸ ਇੱਕ ਹਵਾਈ ਜਹਾਜ਼ ਦਾ ਸਫ਼ਰ ਮਹਿਫੂਜ਼ ਸੀ ਪਰ ਹਵਾਈ ਜਹਾਜ਼ ਦੀ ਸੀਟ ਹਾਸਲ ਕਰਨਾ ਨਾ ਮੁਮਕਿਨ ਤੋਂ ਪਰੇ ਸੀ ਸੀਟ ਮਿਲ ਜਾਈ ਤਾਂ ਹਵਾਈ ਅੱਡੇ ਤੱਕ ਪਹੁੰਚਣਾ ਆਸਾਨ ਨਹੀਂ ਸੀ ਟੈਕਸੀਆਂ ਤੇ ਮੋਟਰਾਂ ਤੇ ਹਮਲੇ ਹੁੰਦੇ ਸਨ ਹਿੰਦੂ ਸਿੱਖ ਫਸਾਦੀ ਮੁਸਲਮਾਨ ਮਹਾਜਰਾਂ ਦੀਆਂ ਜਵਾਨ ਜਹਾਨ ਕੁੜੀਆਂ ਨੂੰ ਖੋਹ ਲੈਂਦੇ ਸਨ ਸਮਾਨ ਲੁੱਟ ਲੈਂਦੇ ਸਨ ਤੇ ਜੇ ਕੋਈ ਅੱਗੋਂ ਬੋਲਦਾ ਉਹਨੂੰ ਤਲਵਾਰ ਦੇ ਘਾਟ ਉਤਾਰ ਦਿੰਦੇ ਸਨ ਖਬਰ ਨਹੀਂ ਤਾਹਿਰਾਬਾਦੀ ਨੇ ਪਤਾਕੇਵੇਂ ਲਾ ਲਿਆ ਕਿ ਅਸੀਂ ਦਿੱਲੀ ਆ ਗਏ ਸਾਂ ਤੇ ਅਲੀਗੜ ਤੋਂ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਪੁੱਜ ਗਈ ਇੱਕ ਦੋ ਦਿਨ ਸਾਡੇ ਰਹੀ ਇਨੇ ਚ ਮੈਂ ਆਪਣੇ ਅਸਰ ਰਸੂਖ ਨਾਲ ਤਾਹਿਰਾਬਾਜ਼ੀ ਲਈ ਇੱਕ ਸੀਟ ਰਿਜ਼ਰਵ ਕਰਵਾ ਦਿੱਤੀ। ਉਹਦੇ ਹਵਾਈ ਅੱਡੇ ਤੱਕ ਪੁੱਜਣ ਦਾ ਵੀ ਇੰਤਜ਼ਾਮ ਕਰ ਦਿੱਤਾ। ਸਾਡੇ ਆਪਣੇ ਦਫ਼ਤਰ ਦੀ ਸਰਕਾਰੀ ਮੋਟਰ ਉਹਨੂੰ ਹਵਾਈ ਅੱਡੇ ਤੇ ਜਾ ਕੇ ਲਾ ਆਈ ਸੀ। ਤਾਹਿਰਾਬਾਜ਼ੀ ਦੇ ਨਾਲ ਇੱਕ ਸੂਟ ਕੇਸ ਸੀ ਜਿਸ ਚ ਪੇਕੇ ਘਰ ਰੱਖੇ ਉਹਦੇ ਗਹਿਣੇ ਸਨ ਤੇ ਚਾਂਦੀ ਦੇ ਬਰਤਨ ਸਨ। ਤੁਰਨ ਲੱਗੀ ਤਾਹਿਰਾਬਾਜ਼ੀ ਨੇ ਹੱਸਦੇ ਹੱਸਦੇ ਮੇਰੇ ਕੜੇ ਨੂੰ ਲੈ ਕੇ ਆਪਣੀ ਵੀਣੀ ਚ ਪਾ ਲਿਆ। ਹੁਣ ਕੋਈ ਖਤਰਾ ਨਹੀਂ। ਮੇਰੀ ਤਰੀਮਤ ਨੇ ਤਸੱਲੀ ਬਖਸ਼ ਲਹਿਜੇ ਵਿੱਚ ਉਹਦੀ ਕਲਾਈ ਵੱਲ ਵੇਖਦੇ ਹੋਏ ਕਿਹਾ ਤੇ ਅਸੀਂ ਉਹਨੂੰ ਸਰਕਾਰੀ ਮੋਟਰ 'ਚ ਬਿਠਾ ਦਿੱਤਾ ਨਾਲ ਮੈਂ ਆਪਣਾ ਇੱਕ ਮਾਤ ਹਿੱਤ ਭੇਜਿਆ ਸਵੇਰੇ ਸਰਗੀ ਵੇਲੇ ਹਵਾਈ ਜਹਾਜ਼ ਜਾ ਰਿਹਾ ਸੀ ਨਹੀਂ ਤਾਂ ਅਸੀਂ ਆਪ ਉਹਨੂੰ ਚੜ੍ਹਾਉਂਦੇ ਕੁਝ ਘੰਟੇ ਤੇ ਮੇਰੇ ਮਾਤ ਹਿੱਤ ਨੇ ਆ ਕੇ ਰਿਪੋਰਟ ਦੇ ਦਿੱਤੀ ਕਿ ਉਹ ਤਾਹਿਰਾਬਾਦੀ ਨੂੰ ਹਵਾਈ ਜਹਾਜ਼ 'ਚ ਬਿਠਾ ਆਇਆ ਸੀ ਹਵਾਈ ਜਹਾਜ਼ ਉੱਡ ਗਿਆ ਮੈਂ ਤਸੱਲੀ ਕਰਨ ਲਈ ਪੁੱਛਿਆ ਆਹੋ ਮੇਰੇ ਸਾਹਮਣੇ ਹਵਾਈ ਜਹਾਜ਼ ਉੱਡਿਆ ਤਾਂ ਮੈਂ ਉੱਥੋਂ ਚੱਲਿਆ ਮੇਰੇ ਮਾਥੇ ਤੇ ਨੇ ਮੈਨੂੰ ਯਕੀਨ ਦਵਾਇਆ ਬਾਕੀ ਕਹਾਣੀ ਤਾਹਰਾਬਾਜ਼ੀ ਦੀ ਜ਼ਬਾਨੀ ਪਰ ਇਸ ਤੋਂ ਪਹਿਲੇ ਇੱਕ ਨਜ਼ਰ ਉਸ ਦਿਨ ਤੇ ਭਾਰਤ ਤੇ ਪਾਕਿਸਤਾਨ ਦੇ ਅਖਬਾਰਾਂ ਤੇ ਇਸ ਘਟਨਾ ਦਾ ਜ਼ਿਕਰ ਭਾਰਤ ਦੇ ਅਖਬਾਰਾਂ ਚ ਕੋ ਜਿਸ ਤਰ੍ਹਾਂ ਅੰਕਿਤ ਕੀਤਾ ਗਿਆ ਪਾਕਿਸਤਾਨ ਚ ਬਰਬਰੀਅਤ ਦੀ ਇੱਕ ਹੋਰ ਮਿਸਾਲ ਪੰਜ ਸਿੱਖ ਨੌਜਵਾਨੀ ਕਬਲਾ ਦੀ ਅਸਮਤ ਨੂੰ ਬਚਾਉਣ ਲਈ ਜਾਨ ਤੇ ਖੇਡ ਗਏ ਕੁੜੀ ਦਿੱਲੀ ਦੇ ਵਲਿੰਗਟਨ ਨਰਸਿੰਗ ਹੋਮ 'ਚ ਮੌਤ ਦੀਆਂ ਘੜੀਆਂ ਗਿਣ ਰਹੀ ਹੈ। ਲਾਇਲਪੁਰ ਅਗਸਤ 21 1947 ਸਾਡੇ ਪੱਤਰ ਪ੍ਰੇਰਕ ਨੇ ਖਬਰ ਦਿੱਤੀ ਹੈ ਕਿ ਇੱਥੋਂ ਦੇ ਖਾਲਸਾ ਕਾਲਜ ਵਿੱਚ ਡੱਕੇ ਹਿੰਦੂ ਸਿੱਖ ਸ਼ਰਨਾਰਥੀਆਂ ਨੂੰ ਇਹ ਸੂਚਿ ਮਿਲੀ ਕਿ ਪਾਕਿਸਤਾਨੀ ਗੁੰਡਿਆਂ ਨੇ ਕੈਂਪ ਦੇ ਗੁਆਂਢ ਇੱਕ ਕੋਠੀ ਚੋਂ ਗਵਾਹ ਕੀਤੀਆਂ ਹੋਈਆਂ ਮਾਸੂਮ ਹਿੰਦੂ ਸਿੱਖ ਕੁੜੀਆਂ ਦਾ ਦੱਲਾਖਾਨਾ ਕੋਲ ਰੱਖਿਆ। ਕੈਂਪ ਦੇ ਵਲੰਟੀਅਰਾਂ ਦੇ ਇੱਕ ਜਥੇ ਨੇ ਉਸ ਕੋਠੀ ਤੇ ਹਮਲਾ ਕੀਤਾ ਇਸ ਝੜਪ ਵਿੱਚ ਪੰਜ ਸਿੱਖ ਨੌਜਵਾਨ ਸ਼ਹੀਦ ਹੋਏ ਪਰ ਉਹਨਾਂ ਇੱਕ ਸਿੱਖ ਕੁੜੀ ਨੂੰ ਬਚਾ ਲਿਆ ਬਾਕੀ ਕੁੜੀਆਂ ਨੂੰ ਫਸਾਦੀ ਜੀ ਪੰਜ પાਕੇ ਕਿਸੇ ਗੁੰਮ ਨਾਮ ਜਗਾ ਲੈ ਗਏ ਇਸੇ ਘਟਨਾ ਦਾ ਜ਼ਿਕਰ ਪਾਕਿਸਤਾਨ ਦੀਆਂ ਅਖਬਾਰਾਂ 'ਚ ਕੁਝ ਇਸ ਤਰ੍ਹਾਂ ਬਿਆਨ ਕੀਤਾ ਗਿਆ ਫਾਇਲਪੁਰ ਅਗਸਤ 21 1947 ਸਾਡੇ ਨਾਮਾ ਨਿਗਾਰ ਨੇ ਇਤਲਾਹ ਦਿੱਤੀ ਹੈ ਕਿ ਇੱਥੋਂ ਦੇ ਰਿਫਿਊਜੀ ਕੈਂਪ ਵਿੱਚ ਹਿੰਦੂ ਸਿੱਖ ਗੁੰਡੇ ਮੱਛਰੇ ਹੋਏ ਨੇ ਉਹਨਾਂ ਦੇ ਜਥੇ ਕੈਂਪ ਦੇ ਅੱਗੇ ਪਿੱਛੇ ਮੁਸਲਮਾਨਾਂ ਦੀਆਂ ਕੁੱਟੀਆਂ ਤੇ ਹਮਲੇ ਕਰਕੇ ਲੁੱਟਖ ਸੁੱਟ ਕਰ ਰਹੇ ਨੇ ਕੱਲ ਦੇ ਇੱਕ ਹਾਦਸੇ 'ਚ ਦੋ ਮੁਸਲਮਾਨ ਸ਼ਹਿਰੀਆਂ ਦੀਆਂ ਜਾਨਾਂ ਜਾਂਦੀਆਂ ਰਹੀਆਂ ਰਿਫਿਊਜੀਆ ਦਾ ਵੀ ਨੁਕਸਾਨ ਹੋਇਆ ਪਰ ਉਹ ਆਪਣੀਆਂ ਲਾਸ਼ਾਂ ਨੂੰ ਚੁੱਕ ਕੇ ਲੈ ਗਏ ਸਰਕਾਰ ਇਸ ਕੈਂਪ ਨੂੰ ਛੇਤੀ ਤੋਂ ਛੇਤੀ ਬੰਦ ਕਰ ਰਹੀ ਹੈ ਤੇ ਰਿਫਿਊਜੀ ਇੱਕ ਕਾਫਲੇ ਦੀ ਸ਼ਕਲ 'ਚ ਭਾਰਤ ਵੱਲੇ ਜਾ ਰਹੇ ਨੇ ਤੇ ਹੁਣ ਤਾਹਿਰਾਬਾਜ਼ੀ ਦਾ ਬਿਆਨ ਦਿੱਲੀ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਬਾਅਦ ਕੋਈ ਘੰਟੇ ਡੇਢ ਘੰਟੇ ਚ ਸਾਡਾ ਹਵਾਈ ਜਹਾਜ਼ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਸੀ। ਹੇਠ ਪਾਕਿਸਤਾਨ ਦੀ ਧਰਤੀ ਸਾਫ਼ ਉਖਾਈ ਦੇ ਰਹੀ ਸੀ। ਪਾਕਿਸਤਾਨ ਦੇ ਖੇਤ, ਪਾਕਿਸਤਾਨ ਦੇ ਬਾਗੀਚੇ, ਪਾਕਿਸਤਾਨ ਦੇ ਟੋਏ, ਪਾਕਿਸਤਾਨ ਦੇ ਟਿੱਬੇ ਤੇ ਇੱਕ ਨਸ਼ੇ-ਨਸ਼ੇ ਚ ਮੇਰੀਆਂ ਅੱਖਾਂ ਬੰਦ ਗਈਆਂ। ਸਾਡੇ ਖਾਬਾਂ ਦਾ ਦੇਸ਼ ਪਾਕਿਸਤਾਨ ਹੁਣ ਇੱਕ ਅਸਲੀਅਤ ਸੀ। ਕੁਝ ਮਿੰਟ ਤੇ ਮੈਂ ਪਹਿਲੀ ਵਾਰ ਆਪਣੇ ਦੇਸ਼ ਪਾਕਿਸਤਾਨ ਚ ਕਦਮ ਰੱਖਣ ਵਾਲੀ ਸੀ ਤੇ ਮੈਨੂੰ ਸਭ ਨਾਰੇ ਯਾਦ ਆਉਣ ਲੱਗ ਪਏ ਜਿਹੜੇ ਮੈਂ ਪਾਕਿਸਤਾਨ ਲਈ ਲਾਇਆ ਕਰਦੀ ਸੀ ਸਾਰੇ ਉਹ ਜਲੂਸ ਜਲਸੇ ਚੇਤੇ ਆ ਰਹੇ ਸਨ ਜਿਨ੍ਹਾਂ ਚ ਅਸੀਂ ਪਾਕਿਸਤਾਨ ਦੀ ਮੰਗ ਦੁਹਰਾਇਆ ਕਰਦੇ ਸੀ ਸਾਰੇ ਉਹ ਗੀਤ ਮੇਰੇ ਕੰਨਾਂ ਚ ਗੂੰਜਣ ਲੱਗ ਪਏ ਜਿਹੜੇ ਅਸੀਂ ਪਾਕਿਸਤਾਨ ਦੀ ਸ਼ਾਨ ਚ ਗਾਇਆ ਕਰਦੇ ਸੀ ਇਨੇ ਚ ਹਵਾਈ ਜਹਾਜ਼ ਦੇ ਪਾਇਲਟ ਨੇ ਖਬਰ ਦਿੱਤੀ ਕਿ ਲਾਹੌਰ ਵਿੱਚ ਮਤ ਸਾਲਾ ਸਾਫ ਨਾ ਹੋਣ ਕਰਕੇ ਸਾਡਾ ਹਵਾਈ ਜਹਾਜ਼ ਲਾਇਲਪੁਰ ਦੇ ਹਵਾਈ ਅੱਡੇ ਵੱਲ ਮੋੜਿਆ ਜਾ ਰਿਹਾ ਸੀ ਫਿਰ ਕੀ ਮੈਂ ਸੋਚਿਆ ਆਪਣੇ ਜੇਟ ਦੇ ਚਲੀ ਜਾਵਾਂਗੀ ਉਹ ਲੋਕ ਲਾਇਲਪੁਰ ਚ ਰਹਿੰਦੇ ਸਨ ਲਾਇਲਪੁਰ ਤੋਂ ਰਾਤ ਦੀ ਗੱਡੀ ਲੋਹਾਰ ਤੁਰ ਪਾਵਾਂਗੀ ਲਾਇਲਪੁਰ ਦੇ ਹਵਾਈ ਅੱਡੇ ਤੇ ਹਵਾਈ ਜਹਾਜ਼ ਜਦੋਂ ਉਤਰਿਆ ਤੇ ਮੇਰਾ ਦਿਲ ਜਿਵੇਂ ਠਾਠਾ ਮਾਰ ਰੇ ਸਮੁੰਦਰ ਦੀ ਤਰ੍ਹਾਂ ਹੋਵੇ ਹਵਾਈ ਅੱਡੇ ਉੱਤੇ ਹਿਲਾਲ ਵਾਲਾ ਹਰਾ ਝੰਡਾ ਵੇਖ ਕੇ ਮੇਰੀ ਅੱਖਾਂ ਚ ਸਰੂਰ ਆ ਗਿਆ ਮੇਰੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸਨ ਉਧਰੋਂ ਮੇਰਾ ਸੂਟਕੇਸ ਮੇਰੇ ਹੱਥ ਚ ਆਇਆ ਇਧਰ ਮੈਂ ਟੈਕਸੀ ਚ ਬਹਿ ਕੇ ਆਪਣੇ ਜੇਟ ਤੇ ਘਰ ਤੁਰ ਪਈ ਉਹਨਾਂ ਦੀ ਕੋਠੀ ਮਸ਼ਹੂਰ ਸੀ ਟੈਕਸੀ ਸ਼ਹਿਰ ਚ ਵੜੀ ਤੇ ਮੈਨੂੰ ਲੱਗਾ ਜਿਵੇਂ ਟੈਕਸੀ ਵਾਲਾ ਗਲਤ ਰਸਤੇ ਪੈ ਗਿਆ ਹੋਵੇ ਟੈਕਸੀ ਵਾਲਿਆਂ ਦੀ ਆਦਤ ਹੁੰਦੀ ਹੈ ਵਲਾ ਮਾਰ ਕੇ ਟਿਕਾਣੇ ਤੇ ਪੁੱਜਣਾ ਤਾਂ ਜੋ ਉਹਨਾਂ ਦਾ ਭਾੜਾ ਵਧੇਰੇ ਬਣ ਜਾਏ ਮੈਂ ਪਰਵਾਹ ਨਹੀਂ ਕੀਤੀ ਮੈਂ ਸੋਚਿਆ ਵੱਧੂ ਪੈਸੇ ਪਾਕਿਸਤਾਨੀ ਪਰਾ ਨੂੰ ਹੀ ਜਾਣਗੇ ਹੁਣ ਪਰਾਇਆ ਥੋੜਾ ਹੀ ਕੋਈ ਰਹਿ ਗਿਆ ਸੀ ਮੁੜ-ਮੁੜੇ ਸੋਚ ਕੇ ਮੈਂ ਕਾਇਦ ਆਜ਼ਮ ਦੇ ਬਣਾਏ ਪਾਕਿਸਤਾਨ ਦੀ ਹਵਾ ਚ ਸਾਹ ਲੈ ਰਹੀ ਸਾਂ ਮੇਰੀ ਅੱਖੀਆਂ ਮੁੰਦ-ਬੁੰਦ ਜਾਂਦੀਆਂ ਇਸ ਵਾਰ ਜਦੋਂ ਮੇਰੀਆਂ ਅੱਖਾਂ ਖੁੱਲੀਆਂ ਤੇ ਮੇਰੇ ਹੱਥਾਂ ਦੇ ਤੋਤੇ ਉੱਡ ਗਏ ਟੈਕਸੀ ਕਿਸੇ ਪਰਾਈ ਕੋਠੀ ਚ ਦਾਖਲ ਹੋ ਗਈ ਸੀ ਮੈਂ ਚੀਕ ਕੇ ਡਰਾਈਵਰ ਨੂੰ ਡਾਂਟਿਆ ਪਰ ਉਹ ਸੁਣੀ-ਅਨਸੁਣੀ ਕਰਕੇ ਟੈਕਸੀ ਨੂੰ ਕੋਠੀ ਦੇ ਅੰਦਰ ਘੁੰਠਾ ਹੋਇਆ ਲੈ ਗਿਆ ਤੇ ਮੈਂ ਆ ਵੇਖਿਆ ਸਾਡੇ ਪਿੱਛੇ ਕੋਠੀ ਦਾ ਸਿਰ-ਸਿਰ ਉੱਚਾ ਲੋਹੇ ਦਾ ਗੇਟ ਬੰਦ ਹੋ ਗਿਆ ਸੀ ਕੋਠੀ ਦੇ ਪੋਰਚ ਵਿੱਚ ਕਈ ਬੁਰਛੇ ਖਲੋਤੇ ਸਨ ਮੋਟਰਸ ਮੈਨੂੰ ਵੇਖ ਕੇ ਸਿੱਖਣੀ ਏ ਸਿੱਖਣੀ ਏ ਕਹਿੰਦੇ ਹੋਏ ਟੈਕਸੀ ਤੇ ਟੁੱਟ ਪਏ ਤੇ ਇੱਕ ਅੱਖ ਦੇ ਫੋਰਚੂਨਾ ਮੈਨੂੰ ਟੈਕਸੀ ਤੋਂ ਬਾਹਰ ਕਸੀਟ ਲਿਆ ਮੈਂ ਗਾਲੀਆਂ ਬਕ ਰਹੀ ਸਾਂ ਖਫਾ ਹੋ ਰਹੀ ਸਾਂ ਮੁੰਡ ਮੁੰਡ ਕੈਰੀਜ ਸਾਂ ਮੈਂ ਮੁਸਲਮਾਨ ਪਰ ਉਹਨੇ ਮੇਰੇ ਮੂੰਹ ਤੇ ਡੁੱਬਾ ਛਾੜ ਦਿੱਤਾ ਮੈਨੂੰ ਮੇਰੇ ਦੁਪੱਟੇ ਨਾਲ ਜੱਕੜ ਦਿੱਤਾ ਜਿਵੇਂ ਮੇਰੀਆਂ ਮੁਸ਼ਕਾਂ ਬੰਦ ਦਿੱਤੀਆਂ ਹੁਣ ਹੁਣ ਇਹ ਰਾਸ ਹੋ ਜਾਏਗੀ ਉਹਨਾਂ ਦੇ ਲੀਡਰ ਨੇ ਕਿਹਾ ਤੇ ਮੇਰਾ ਸੂਟਕੇਸ ਟੈਕਸੀ ਚ ਕੱਢ ਕੇ ਅੰਦਰ ਲੈ ਗਿਆ ਝੂਠ ਬੋਲਦੀ ਇਹ ਮੁਸਲਮਾਨ ਹਰਗਿਜ਼ ਨਹੀਂ ਇਹਦੀ ਬਾਹ ਚ ਕੜਾ ਪਿਆ ਹੈ ਮੜ ਮੜ ਟੈਕਸੀ ਦਾ ਡਰਾਈਵਰ ਉਹਨਾਂ ਨੂੰ ਦੱਸ ਰਿਹਾ ਸੀ ਇੰਨੇ ਚ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦੇ ਨਾਰੇ ਲਾਉਂਦੇ ਕੁਝ ਸਿੱਖ ਨੌਜਵਾਨ ਕੋਠੀ ਦੀ ਛੱਤ ਤੋਂ ਵਿਹੜੇ ਚ ਛਾਲਾ ਮਾਰ ਕੇ ਆ ਲੱਤੇ ਉਹਨਾਂ ਕੋਲ ਕਿਰਪਾਨਾਂ ਸਨ ਪਰ ਕੋਠੀ ਦੇ ਗੁੰਡਿਆਂ ਕੋਲ ਰਿਵਾਲਵਰ ਸਨ ਵੇਖਦੇ ਵੇਖਦੇ ਉਹਨਾਂ ਚ ਕਈ ਭੁੱਠੀ ਹੋ ਗਏ ਪਰ ਜਾਨ ਤੇ ਖੇਡ ਕੇ ਬਾਕੀ ਸਰਦਾਰ ਮੁੰਡਿਆਂ ਨੇ ਸਾਨੂੰ ਬਚਾ ਲਿਆ ਕੋਠੀਚ ਕਈ ਹੋਰ ਕੁੜੀਆਂ ਵੀ ਡਕੀਆਂ ਹੋਈਆਂ ਸਨ ਮੈਂ ਸਭ ਤੋਂ ਸੱਜਰਾ ਸਭ ਤੋਂ ਅਥਰਾ ਦਾਣਾ ਸਾਂ ਨਾਲੇ ਮੇਰੀਆਂ ਮੁਸ਼ਕਮਬਧੀਆਂ ਸਨ ਕਦੀ ਮੈਨੂੰ ਇੱਕ ਧਿਰ ਆਪਣੇ ਵੱਲ ਖਿੱਚੇ ਲੈਂਦੀ ਕਦੀ ਦੂਜੀ ਧਿਰ ਮੈਨੂੰ ਕਦੀ ਕਿਸੇ ਦੀ ਲੱਤ ਲੱਗਦੀ ਕਦੀ ਕਿਸੇ ਦਾ ਠੋਡਾ ਖੇਨੋਂ ਵਾਂਗ ਮੈਂ ਉਲੜ ਰਹੀ ਸਾਂ ਜਿਵੇਂ ਮੈਨੂੰ ਗਾਸ਼ ਆ ਗਈ ਤੇ ਫਿਰ ਜਦੋਂ ਮੇਰੀ ਅੱਖ ਖੁੱਲੀ ਮੈਂ ਸ਼ਰਨਾਰਥੀ ਕੈਂਪ ਵਿੱਚ ਸਾਂ ਚੋਂ ਆਪਾਸੇ ਦਾੜੀਆਂ ਵਾਲੇ ਸਰਦਾਰ ਵੇਖ ਕੇ ਮੇਰੀ ਖਾਨੇ ਹੋ ਗਈ ਪਾਕਿਸਤਾਨ ਦੀ دیਵਾਨੀ ਮੈਂ ਸੋਚਿਆ ਇਹ ਲੋਕ ਤੇ ਮੇਰੀ ਬੁੱਟੀ ਬੁੱਟੀ ਤਿੱਕਾ ਤਿੱਕ ਕਰ ਛੱਡਣਗੇ ਤੇ ਉਂਝ ਦੀ ਉਂਝ ਮੈਨੂੰ ਫੇਰ ਗਾਸ਼ ਪੈ ਗਈ ਅਗਲੀ ਵਾਰ ਜਦੋਂ ਮੇਰੀ ਅੱਖ ਖੁੱਲੀ ਮੈਂ ਦਿੱਲੀ ਨਰਸਿੰਗ ਹੋਮ ਚ ਸਾਂ ਨਰਸਿੰਗ ਹੋਮ ਤੋਂ ਛੁੱਟੀ ਪਾ ਕੇ ਤਾਹਿਰਾਬਾਜ਼ੀ ਕਈ ਦਿਨ ਸਾਡੇ ਟਿਕੀ ਰਹੀ ਅਜੇ ਕਮਜ਼ੋਰੀ ਬਹੁਤ ਸੀ ਲਾਹੌਰੋਂ ਦਾ ਮੀਆਂ ਤੇ ਉਹਦੇ ਬੱਚੇ ਉਹਨੂੰ ਲੈਣ ਆਏ ਅਲੀਗੜ੍ਹ ਤੋਂ ਉਹਦੇ ਪੇਕੇ ਆਏ ਇੰਨੇ ਦਿਨ ਤਾਹਿਰਾਬਾਜ਼ੀ ਦੀ ਕਲਾਈ ਵਿੱਚ ਕੜਾ ਉਂਝ ਦਾ ਉਂਝ ਪਿਆ ਸੀ ਅਖਰ ਡਾਕਟਰ ਨੇ ਉਨਸਫਰ ਕਰਨ ਦੀ ਇਜਾਜ਼ਤ ਦੇ ਦਿੱਤੀ ਇੰਨੇ ਚ ਲੋਹਾਰ ਨਾ ਲਾਵਾ ਜਾ ਆਮ ਦਿਨਾ ਵਰਗੀ ਹੋ ਗਈ ਸੀ ਗੱਡੀਆਂ ਆ ਜਾ ਰਹੀਆਂ ਸਨ ਹਵਾਈ ਜਹਾਜ਼ ਦੇ ਵਿੱਚ ਕਈ ਕਈ ਚੱਕਰ ਕੱਟਦੇ ਜਾਣ ਲੱਗੇ ਉਹ ਲੋਕ ਆਮ ਦਿਨਾ ਵਾਂਗ ਗੱਡੀ 'ਚ ਜਾ ਰਹੇ ਸਨ ਅਸੀਂ ਉਹਨਾਂ ਨੂੰ ਸਟੇਸ਼ਨ ਤੇ ਪਹੁੰਚਾਣ ਗਏ ਗੱਡੀ ਤੁਰਨ ਵਾਲੀ ਸੀ ਕਿ ਮੇਰੀ ਤ੍ਰੀਮਤ ਨੇ ਅੱਗੇ ਵੱਧ ਕੇ ਤਾਹਿਰਾ ਬਾਜ਼ੀ ਦੀ ਕਲਾਈ ਵੱਲ ਹੱਥ ਵਧਾਉਂਦੇ ਕਿਆ ਹੁਣ ਤੇ ਕੜਾ ਤੁਸੀਂ ਲਾ ਦਿਓ ਤਹਿਰਾਬਾਜ਼ੀ ਨੇ ਛੱਟ ਆਪਣੀ ਕੜੇ ਵਾਲੀ ਬਾਹ ਨੂੰ ਖਿੱਚ ਕੇ ਆਪਣੀ ਕਲਾਈ ਨੂੰ ਛਾਤੀ ਨਾਲ ਲਾ ਲਿਆ ਧੰਨੂ